ਤੋੜੀਆਂ ਲੈ ਰਹੇ ਆ ਪਿੱਛੇ ਛੋਟਾ ਟੀ ਆ ਜੇ ਹੁਣ ਸਵੇਰੇ ਕੀ ਹੋ ਬੀਬੀ ਕੀ ਹੋਇਆ ਜੀ ਔਰ ਯਾ ਗੁੱਡ ਨਹੀਂ ਨਹੀਂ ਸੇਵਾ ਕਰ ਰਹੀ ਆ ਤੂੰ ਸਾਡੀ ਇੰਨੀ ਸੇਵਾ ਥੈਂਕ ਯੂ ਭਈਆ डेली व्लॉगिंग करा ते डेली पोस्ट करा ते आज गाइज आज वाला जरा व्लॉग है बहुत ही खास है आज मैं अपनी मॉम ना घूमन फिरन जाना वा ਅਤੇ ਮੋਮ ਦੇ ਨਾਲ ਘੁੰਮਣ ਜਾਣਾ ਹੈ ਥੋੜ੍ਹਾ ਜਿਹਾ ਆਪਾਂ ਸ਼ੋਪਿੰਗ ਵਗੈਰਾ ਵੀ ਕਰਨੀ ਹੈ ਅਤੇ ਹੁਣ ਆਪਾਂ ਜ਼ਿਆਦਾ ਟਾਈਮ ਵੇਸਟ ਨਹੀਂ ਕਰਾਂਗੇ ਆਪਾਂ ਜਲਦੀ ਜਲਦੀ ਚੱਲਦੇ ਉੱਠ ਕੇ ਕੰਮ ਕੁੰਮ ਕਰ ਲਿਆ ਕਿ ਸਾਰੀ ਦਿਹਾੜੀ ਸੁੱਤਾ ਹੀ ਰਹਿਣਾ ਹੈ ਕੋਈ ਕੰਮ ਨਹੀਂ ਬਸ ਖਾ ਲਿਆ ਸੋ ਲਿਆ ਖਾ ਲਿਆ ਹੈ ਮੇਰੇ ਕੋਲ ਪੇਮੈਂਟਾਂ ਕਰਾ ਲਈਆਂ ਗੂਗਲ ਪੇ 'ਤੇ ਇਹ ਕਰਦੇ ਉਹ ਕਰਦੇ ਸਕੈਨਰ ਭੇਜ ਕੇ ਹੈ ਕੀ ਹੋਇਆ ਤੈਨੂੰ ਠੀਕ ਨਹੀਂ ਗਾ ਬੁਖਾਰ ਹੋਇਆ ਪੀਜ਼ਾ ਖਾਣੇ ਡੋਮੀਨੋਜ਼ ਦਾ ਹਾਂ ਚਲ ਉੱਠ ਕੇ ਪਹਿਲੇ ਮੇਰੀ ਵੀਡੀਓਜ਼ ਬਣਾ ਦੇ ਓਏ ਹੋਏ ਰੋਜ਼ ਪੀਜ਼ਾ ਪਾਸਤਾ ਖਾਣਾ ਚਲ ਫਿਰ ਮੇਰੇ ਸਬਸਕ੍ਰਾਈਬਰਸ ਨੂੰ ਇੱਕ ਵਾਰੀ ਕਹਿ ਦੇਣਾ ਕੁਛ ਸੋ ਸਾਡੇ ਨਾਲ ਅੱਜ ਸ਼ੋਪਿੰਗ ਕਰਨ ਜਾ ਰਹੇ ਹੈ ਮੰਮੀ ਹੈਲੋ ਆਂਟੀ ਆਂਟੀ ਵੀ ਚੱਲੇ ਸਾਡੇ ਨਾਲ ਆਂਟੀ ਕਹਿੰਦੇ ਮੈਂ ਮੂੰਹ ਢੱਕਿਆ ਸੀਗਾ ਹੈਲੋ ਆਂਟੀ ਚਲੋ ਚੱਲੀਏ ਹੁਣ ਆਪਾਂ ਸ਼ੋਪਿੰਗ ਕਰਨ ਲੋ ਜੀ ਆਪਾਂ ਤਾਂ ਆ ਗਏ ਸ਼ੋਪਿੰਗ ਕਰਨ ਮੰਮੀ ਮੈਂ ਕਿਹਾ ਮੰਮੀ ਨੂੰ ਚੂੜੀਆਂ ਲੈ ਦੀਏ ਤੀਜ ਦਾ ਤਿਉਹਾਰ ਹੈ ਮੰਮੀ ਪਸੰਦ ਆ ਗਈਆਂ ਚੂੜੀਆਂ ਯਾ ਬੇਬੀ ਓਕੇ ਕਿਹੜੀਆਂ ਕਿਹੜੀਆਂ ਆਈਆਂ ਬੇਬੀ ਇਹ ਵੀ ਪਸੰਦ ਆਈ ਹੈ ਔਰ ਇਹ ਵੀ ਅੱਛੀ ਹੈ ਅੱਛਾ ਆਂਟੀ ਹੋਰ ਲੈਣ ਗਏ ਆ ਗੁਰਮੀਤ ਆਂਟੀ ਨੂੰ ਵੀ ਲੈ ਦਿਓ ਗੁਰਮੀਤ ਆਂਟੀ ਤੁਸੀਂ ਕਿਹੜੀਆਂ ਲੈਣੀਆਂ ਚੂੜੀਆਂ ਜੀ ਗੁਰਮੀਤ ਆਂਟੀ ਪਾਓ ਨਾ ਹਾਂ ਇਹ ਗੁਰਮੀਤ ਆਂਟੀ ਲਈ ਅਸੀਂ ਚੂੜੀਆਂ ਲੈ ਰਹੇ ਹਾਂ ਇੱਥੇ ਛੋਟਾ ਸਾਈਜ਼ ਵੀ ਹੈਗਾ ਹਾਂਜੀ ਚਲੋ ਪਾ ਦੋ ਗੁਰਮੀਤ ਆਂਟੀ ਨੂੰ ਚਲੀ ਹੁਣ ਕੀ ਰਹਿ ਗਿਆ ਲਾਰੈਂਸ ਰੋਡ ਬਾਏ ਆਂਟੀ ਆ ਜਿਓ ਹੁਣ ਸਵੇਰੇ ਚਲੋ ਜੀ ਆਪਾਂ ਚੱਲੇ ਹੁਣ ਅੱਗੇ ਸ਼ੋਪਿੰਗ ਤੇ ਚਲੀਏ ਮਾਈ ਗੂਗਲ ਪੇ ਇਜ਼ ਨਾਟ ਵਰਕਿੰਗ ਗਾਈਸ ਸੋ ਆਈ ਨੀਡ ਕੈਸ਼ ਗੋਲਗੱਪੇ ਖਾ ਜਾਊਗਾ ਓਕੇ ਬਟ ਇਹ ਬਹੁਤ ਫੇਮਸ ਆ ਅੰਮ੍ਰਿਤਸਰ ਵਿੱਚ ਗੋਲਗੱਪੇ ਵਾਲਾ ਮੈਂ ਨਾਮ ਨਹੀਂ ਦੱਸਣਾ ਨਾਮ ਦੱਸਦਾ ਤੇ ਫਿਰ ਸਾਰਾ ਕੁਛ ਰਿਵੀਲ ਹੋ ਜਾਣਾ ਠੀਕ ਹੈ ਤੇ ਜਲਦੀ ਜਲਦੀ ਤੁਸੀਂ ਉਹ ਕਰੋ ਹੈਲੋ ਭਈਆ ਲਾਓ ਅੱਛਾ ਬਾਕੀ ਸਮਾਨ ਵੀ ਲਾ ਦੋ ਜਲਦੀ ਕੀ ਕਰਾਉਣਾ ਹੈ ਚਾਹੀਦਾ ਮੰਮੀ ਫੋਟੋ ਕਰਾ ਲਿਆ ਕਰਾਂ ਮਤਲਬ ਜਦੋਂ ਕੋਈ ਫੋਟੋ ਕਰਾਉਣਾ ਹੁੰਦਾ ਐਟੀਟਿਊਡ ਨਾ ਵਿਖਾਇਆ ਕਰਾਂ ਠੀਕ ਹੈ ਜੀ ਆਪਾਂ ਖੁਸ਼ ਕਰ ਦਿਆ ਕਰਾਂਗੇ ਗਾਈਸ ਕਹਿੰਦੇ ਇੱਕ ਗੋਲਗੱਪੇ ਨਾਲ ਕੁਛ ਨਹੀਂ ਹੁੰਦਾ ਇੱਕ ਗੋਲਗੱਪਾ ਖਾ ਲੈਣਾ ਚਾਹੀਦਾ ਹੈ ਮੇਰੀ ਮੰਮੀ ਦੀ ਸਲਾਹ ਹੈ ਸੋ ਆਪਾਂ ਇੱਕ ਗੋਲਗੱਪਾ ਖਾਏਂਗੇ ਯੈਸ ਪਾਣੀ ਪੂਰੀ ਖਾਏਂਗੇ ਬਿਹਾਰ ਮੇ ਬਸ ਜਾਏਂਗੇ ਕਿੰਨੇ ਲਗਾਤਾਰ ਗੋਲਗੱਪਾ ਗੋਲਗੱਪਾ ਇਜ਼ ਸਮਥਿੰਗ ਜਿਹਨੂੰ ਕੋਈ ਨਾ ਨਹੀਂ ਕਰ ਸਕਦਾ ਗੋਲਗੱਪਾ
ਗਾਈ ਸਾਰਾ ਘੁੰਮਦੇ ਘੁੰਮਾਉਂਦੇ ਪਲੈਨ ਬਣ ਗਿਆ ਆਪਣੀ ਇੱਕ ਫਰੈਂਡ ਨੂੰ ਮਿਲਣ ਦਾ ਅਤੇ ਆਪਾਂ ਹੁਣ ਉਹਦੇ ਘਰ ਜਾ ਰਹੇ ਹਾਂ ਅਸੀਂ ਉਹਨੂੰ ਦੱਸਿਆ ਨਹੀਂ ਹੋਇਆ ਕਿ ਅਸੀਂ ਉਹਦੇ ਘਰ ਆ ਰਹੇ ਹਾਂ ਅਸੀਂ ਉਹਨੂੰ ਸਰਪ੍ਰਾਈਜ਼ ਦੇ ਰਹੇ ਹਾਂ ਕੁੱਤੇ ਭੌਂਕ ਲੱਗ ਗਏ ਓਰੀਓ ਨੂੰ ਵੀ ਪਤਾ ਲੱਗ ਗਿਆ ਕਿ ਅਸੀਂ ਆਏ ਹਾਂ ਓਰੀਓ ਕੋ ਪਕੜ ਲਿਓ ਬੇਬੀ ਕੀ ਹਾਲ ਜੀ ਓਰੀਓ ਗੁੱਡ ਬੋਏ ਦੇਖੋ ਚੁਗਲੀਆਂ ਕਰ ਰਹੀ ਆਲਰੇਡੀ ਫੋਨ ਤੇ ਕਿਸੇ ਦੇ ਨਾਲ ਠੀਕ ਹੈ ਹਾਏ ਓਰੀਓ ਹਾਏ ਓਰੀਓ ਕੀ ਸੇਵਾ ਕਰ ਰਹੀ ਹੈ ਕੀ ਕਰ ਰਹੀ ਹੈ ਸਮਾਈਲੀ ਮੈਂ ਤਾਂ ਡਾਈਟਿੰਗ ਕਰਦਾ ਤੂੰ ਮੈਨੂੰ ਸਮਾਈਲਾਂ ਹੋਣੀਆਂ ਹੈ ਮੈਨੂੰ ਮੋਟਾ ਕਰਦੇ ਆ ਨਾ ਸ਼ਿਵਾਨੀ ਮਾਨ ਕਹਿੰਦੇ ਭਾਈ ਜਾ ਰਿਹਾ ਖਾਣ ਪੀਣ ਦਾ ਸ਼ਿਵਾਨੀ ਇੰਨੀ ਸੇਵਾ ਕਰ ਰਹੀ ਹੈ ਤੂੰ ਸਾਡੀ ਇੰਨੀ ਸੇਵਾ ਹੈਲੋ ਆਂਟੀ ਆਪਾਂ ਵਲੌਗ ਬਣਾ ਰਹੇ ਹਾਂ ਆਂਟੀ ਸੋ ਅੱਜ ਗਾਈਜ਼ ਆਪਾਂ ਸ਼ਿਵਾਨੀ ਘਰੋਂ ਨਿਕਲ ਆਏ ਸੀਗੇ ਹੁਣ ਆਪਾਂ ਚੱਲੇ ਥੋੜ੍ਹਾ ਜਿਹਾ ਸਮਾਨ ਲੈਣ ਗ੍ਰੋਸਰੀ ਕਰਨ ਹਮ ਆਏ ਗ੍ਰੋਸਰੀ ਕਰਨੇ ਮੈਂ ਔਰ ਮੰਮੀ ਹਾਏ ਤੇ ਮੈਂ ਜਦੋਂ ਗ੍ਰੋਸਰੀ ਕਰਨ ਆਵਾਂ ਨਾ ਗਾਈ ਜਦੋਂ ਮੈਨੂੰ ਇੱਦਾਂ ਹੀ ਹੁੰਦਾ ਹੁੰਦਾ ਡਰਾਮਾ ਕੌਣ ਆਏਗਾ ਸਾਥ ਕੌਣ ਸਮਾਨ ਨਿਕਲਵਾਏਗਾ ਤੁਮ ਡਿਸਪੋਜ਼ਲ ਪਲੇਟੇ ਹਾਏ ਕਰਦੇ ਸਭ ਤੋਂ ਡਿਫੀਕਲਟ ਕੰਮ ਲੱਗਦਾ ਗਾਈਜ਼ ਮੈਨੂੰ ਆ ਗ੍ਰੋਸਰੀ ਕਰਨਾ ਇੰਨਾ ਰਸ਼ ਪੈ ਗਿਆ ਹੋਇਆ ਇੰਨਾ ਰਸ਼ ਪੈ ਗਿਆ ਨਾ ਆਈ ਕਾਂਟ ਟੈਲ ਯੂ ਮੰਮੀ ਕੋਲਡ ਡਰਿੰਕ ਵੀ ਲੈ ਲਓ ਟਰਾਲੀ ਦੀ ਵੀ ਬਸ ਹੋ ਗਈ ਹੈ ਸਮਾਨ ਇੰਨਾ ਜ਼ਿਆਦਾ ਹੋ ਗਿਆ ਹੈ ਨਾ ਮੰਮਾ ਰਾਈਟ ਸਾਰਾ ਕੰਮ ਕਰਦਾ ਕਰੂ ਕੇ ਹੁਣ ਆਏ ਅਸੀਂ ਮਹਿੰਦੀ ਲਵਾਉਣ ਇਹ ਲੱਗ ਰਹੀ ਹੈ ਮਹਿੰਦੀ ਲਾਰੈਂਸ ਰੋਡ ਚੁਨਮੁਨ ਦੇ ਬਾਹਰ ਹਾਂਜੀ ਗਾਈਜ਼ ਇਸੇ ਨਾਲ ਹੀ ਅੱਜ ਦਾ ਵਲੌਗ ਹੁੰਦਾ ਇੱਥੇ ਦੀ ਐਂਡ ਅਤੇ ਅਸੀਂ ਮਹਿੰਦੀ ਲਵਾ ਲਈ ਸੀ ਮੈਂ ਵੀ ਲਵਾ ਲਈ ਸੀ ਅਤੇ ਅਸੀਂ ਆ ਗਏ ਹੁਣ ਘਰ ਅਤੇ ਹੁਣ ਗਾਈਜ਼ ਮੇਰੇ ਯੂਟਿਊਬ ਚੈਨਲ 'ਤੇ ਡੇਲੀ ਵਲੌਗਸ ਆਉਂਦੇ ਰਹਿਣਗੇ ਅਤੇ ਤੁਸੀਂ ਨਵੇਂ ਨਵੇਂ ਵਲੌਗਸ ਵੇਖਣ ਲਈ ਮੇਰਾ ਚੈਨਲ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਨਾ ਐਂਡ ਕਮੈਂਟ ਕਰਕੇ ਵੀ ਜ਼ਰੂਰ ਦੱਸਣਾ ਤੁਹਾਨੂੰ ਕਿਹੜੀ ਕਿਹੜੀ ਚੀਜ਼ 'ਤੇ ਵਲੌਗਸ ਚਾਹੀਦੇ ਨੇ ਥੈਂਕ ਯੂ